ਜਸ ਪੰਜਾਬੀ ਦੇਖ ਰਹੇ ਹੋ ਇਸ ਸਾਰੇ ਦਸ਼ਕਾ ਨੂੰ ਮੇਰੇ ਵੱਲੋਂ ਪਿਆ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਆ ਡਿਸਕਸ ਕਰਨ ਲਈ ਤਾਂ ਮੁੱਦੇ ਬਹੁਤ ਜ਼ਿਆਦਾ ਹਨ ਖਾਸ ਕਰਕੇ ਜੋ ਸਾਡੀ ਕਮਿਊਨਿਟੀ ਨੂੰ ਅਫੈਕਟ ਕਰਦੇ ਆ ਬਟ ਇਸ ਟਾਈਮ ਦੇ ਵਿੱਚ ਆਪਾਂ ਅਗਰ ਗੱਲ ਕਰੇ ਇੱਕ ਵੱਡੇ ਲੈਵਲ ਤੇ ਸਿਰਫ ਇੱਕ ਹੀ ਚੀਜ਼ ਹੈ ਜੋ ਸਾਨੂੰ ਸਾਰਿਆਂ ਨੂੰ ਉਹਦੇ ਬਾਰੇ ਵਾਕਿਫ ਹੋਣਾ ਚਾਹੀਦਾ ਹੈ ਉਹਦੇ ਬਾਰੇ ਜਾਣਕਾਰੀ ਪਾਣੀ ਚਾਹੀਦੀ ਹੈ ਉਹ ਹੈਗਾ ਯੂਨਾਈਟਿਡ ਸਟੇਟਸ ਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਐਂਡ ਆਈ نو ਸ਼ਾਇਦ ਤੁਸੀਂ ਇਸ ਚੀਜ਼ ਬਾਰੇ ਇਸ ਮੁੱਦੇ ਬਾਰੇ ਸੁਣ ਸੁਣ ਕੇ ਥੱਕ ਗਏ ਹੋ ਨੋ ਬਟ ਸਿਰਫ 13 ਦਿਨ ਰਹਿ ਚੁੱਕੇ ਐ ਇਸ ਇਲੈਕਸ਼ਨ ਦੇ ਵਿੱਚ ਐਂ ਅਗਰ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਤੁਸੀਂ ਐਲੀਜੀਬਲ ਵੋਟਰ ਹੈਗੇ ਇਸ ਕੰਟਰੀ ਦੇ ਵਿੱਚ ਤੁਹਾਨੂੰ ਇਹ ਇਨਫੋਰਮੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਐਂਡ ਤੁਹਾਨੂੰ ਆਪਣੇ VOTING ਦਾ ਪਲਾਨ ਬਣਾਉਣਾ ਚਾਹੀਦਾ ਅਗਰ ਤੁਸੀਂ अर्ਲੀ VOTING ਹਲੇ ਤੱਕ ਨਹੀਂ ਕੀਤੀ ਤੁਸੀਂ ਜ਼ਰੂਰ ਇਹ ਦੇਖੋ ਕਿ ਤੁਹਾਡੀ ਵੋਟ ਤੁਸੀਂ ਕਿਸ ਤਰ੍ਹਾਂ ਸਬਮਿਟ ਕਰਨੀ ਹੈ ਆਮ ਜਿੱਥੇ VOTING ਦੀ ਗੱਲ ਆਉਂਦੀ ਹੈ ਆਲਰੇਡੀ 42 मिलियन एलिजिबल वोटर्स ने अपनी बैलेट्स कैसट करते हैं अर्ली वोटिंग रैकड नंबर्स दे सबमिट हो चुकी ऑलरेडी एंड हले भी आ, इन अगले तेरह दिन एक्सपेक्टेड है कि ए नंबर्स होर इंक्रीज होंगे। बिफोर um, मैं अपने मेन मुद्दे आ, तरफ जाव मैं तो दसना चाहती हूँ ਅਗਰ ਤੁਹਾਡੇ ਕੋਲ ਆਪਸ਼ਨ ਹੈ अर्ली वोटिंग ਦਾ ਤੁਸੀਂ ਜ਼ਰੂਰ ਉਸ ਚੀਜ਼ ਨੂੰ ਕਰੋ ਐਜ਼ ਅਪੋਸਟ ਟੂ ਸੇਮ ਡੇ ਵੋਟਿੰਗ ਜਾਂ ਇਨ ਪਰਸਨ ਵੋਟਿੰਗ ਬਿਕਾਜ਼ ਕੁਝ ਇਸ ਤਰ੍ਹਾਂ ਦੀ ਰਿਪੋਰਟਸ ਨਿਕਲ ਰਹੀਆਂ ਹਨ ਦੈਟ ਜੋ ਸੇਮ ਡੇ ਵੋਟਿੰਗ ਸਬਮਿਟ ਹੋਏਗੀ ਉਹਦੀ ਗਿਣਤੀ ਵਿੱਚ ਇਸ਼ੂਜ਼ ਆ ਸਕਦੇ ਐ ਤੇ ਅਗਰ ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਤੁਹਾਡੀ ਵੋਟ ਗਿਣੀ ਜਾਏ ਜਿੰਨੀ ਛੇਤੀ ਤੋਂ ਛੇਤੀ ਉਹਨੂੰ ਤੁਸੀਂ ਸਬਮਿਟ ਕਰ ਸਕਦੇ ਹੋ ਕਰੋ ਐਂ ਜਿੱਥੇ ਵੋਟਿੰਗ ਦੀ ਗੱਲ ਆਉਂਦੀ ਇੱਕ ਬਹੁਤ ਹੀ ਵੱਡਾ ਇਸ਼ੂ ਉਭਰ ਕੇ ਆ ਰਿਹਾ ਹੈ ਉਹ ਸਿਗਨੇਚਰ ਨੂੰ ਲਾ ਕੇ ਕਿ ਜਦੋਂ ਤੁਸੀਂ ਆਪਣੀ ਵੋਟ ਸਬਮਿਟ ਕਰਨੀ ਹੈ ਤੁਹਾਡਾ ਸਿਗਨੇਚਰ ਤੁਹਾਡੇ ਡਰਾਈਵਰਸ ਲਾਇਸੈਂਸ ਦੇ ਸਿਗਨੇਚਰ ਨਾਲ ਮੈਚ ਕਰਨਾ ਚਾਹੀਦਾ ਇਸ ਚੀਜ਼ ਦਾ ਖਿਆਲ ਰੱਖਿਓ ਆਮ ਕੀ ਅਪਡੇਟਸ ਇਲੈਕਸ਼ਨ ਨੂੰ ਲੈ ਕੇ ਤੁਹਾਡੇ ਲਈ ਥੋੜੀ ਜੀ ਚੀਜ਼ਾਂ ਮੈਂ ਦੱਸਣਾ ਚਾਹੁੰਦੀ ਹਾਂ ਸਭ ਤੋਂ ਵੱਡੀ ਅਪਡੇਟ ਕੱਲ ਸ਼ਾਮ ਨੂੰ ਥਰਸਡੇ ਇਵਨਿੰਗ ਨੂੰ ਜੋ ਫਾਈਨਲ ਡਿਬੇਟ ਪ੍ਰੈਜ਼ੀਡੈਂਟ ਟਰੰਪ ਤੇ ਕੈਂਡੀਡੇਟ ਜੋ ਬਾਈਡਨ ਦੇ ਵਿੱਚ ਹੋਣੀ ਹੈ ਕੱਲ ਸ਼ਾਮ ਲਈ ਤੈ ਹੋ ਚੁੱਕੀ ਹੈ ਉਹਦੇ ਵਿੱਚ ਕੁਝ ਰੂਲਸ ਚੇਂਜ ਕੀਤੇ ਗਏ ਇਸ ਵਾਰੀ ਡਿਬੇਟ ਕਮਿਸ਼ਨ ਵੱਲੋਂ ਕਿ ਅਗਰ ਕੋਈ ਕੈਂਡੀਡੇਟ ਪਾਰਟਿਸਪੈਂਟ ਆਪਣੇ ਟਾਈਮ ਤੋਂ ਵੱਧ ਬੋਲਦਾ ਹੈ ਉਹਨਾਂ ਦਾ ਮਾਈਕ੍ਰੋਫੋਨ ਮਿਊਟ ਕੀਤਾ ਜਾਏਗਾ ਇਹਦਾ ਪੁਸ਼ ਬੈਕ ਹੋਇਆ ਹੈ 트럼ਪ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਟੀਮ ਵੱਲੋਂ ਬਿਕੋਜ਼ ਉਸ ਤਰ੍ਹਾਂ ਦੇ ਤੁਸੀਂ ਕਹ ਲੋ ਥੀਏਟ੍ਰਿਕਸ ਬਹੁਤ ਉਹਨਾਂ ਦੇ بیس ਉਹਨਾਂ ਦੇ ਸਪੋਰਟਰਸ ਨੂੰ ਵਧੀਆ ਲੱਗਦਾ ਹੈ ਇਸ ਡਿਬੇਟ ਦੇ ਵਿੱਚ ਉਹ ਇੱਕ ਦੂਜੇ ਦੇ ਉੱਤੇ ਨਹੀਂ ਬੋਲ ਪਾਣਗੇ ਡਿਬੇਟ ਕਮਿਸ਼ਨ ਨੇ ਉਹਨਾਂ ਦਾ ਮਾਈਕ ਮਿਊਟ ਕਰ ਲੈਣਾ ਸੋ ਥਿਸ ਇਜ਼ ਵਨ ਬਿਗ ਥਿੰਗ ਫਾਰਮਰ ਪ੍ਰੈਜ਼ੀਡੈਂਟ ਓਬਾਮਾ ਪੈਨਸਿਲਵੇਨੀਆ ਦੇ ਵਿੱਚ ਪਹੁੰਚੇ ਹਨ ਆਪਣੀ ਤੁਸੀਂ ਕਹਿ ਲਓ ਜੋ ਬਾਈਡਨ ਦੇ ਪਿੱਛੇ ਆਪਣੀ ਸਪੋਰਟ ਪਾਲ ਨੇ ਖਾਸ ਕਰਕੇ ਇਸ ਵੇਲੇ ਲੱਗ ਰਿਹਾ ਕਿ ਜੋ ਬਾਈਡਨ ਨੂੰ ਇੱਕ ਬਹੁਤ ਇੰਪੋਰਟੈਂਟ ਗਰੁੱਪ ਦੀ ਸਪੋਰਟ ਵੱਡੇ ਲੈਵਲ ਦੇ ਵਿੱਚ ਨਹੀਂ ਮਿਲ ਰਹੀ ਉਹ ਹੈਗੇ ਅਫਰੀਕਨ ਅਮਰੀਕਨ ਮੈਨ ਤੇ ਇਹਨਾਂ ਨੂੰ ਇਹਨਾਂ ਦੇ ਵਿੱਚ ਉਹ ਸਪੋਰਟ ਨੂੰ એનર્ਜਾਈਜ਼ ਕਰਨ ਲਈ ਪ੍ਰੈਜ਼ੀਡੈਂਟ ਓਬਾਮਾ ਇਸ ਵੇਲੇ ਕੈਂਪੇਨ ਟ੍ਰੇਲ ਤੇ ਆਪਣੀ ਪ੍ਰੈਜ਼ੈਂਸ ਦਿਖਾ ਰਹੇ ਹਨ ਆਫ ਕੋਰਸ ਪ੍ਰੈਜ਼ੀਡੈਂਟ ਓਬਾਮਾ ਇਜ਼ ਅ ਫੇਵਰਿਟ ਲੋਕੀ ਉਹਨਾਂ ਦੇ ਪਿੱਛੇ ਬਹੁਤ ਵੱਡੇ ਲੈਵਲ ਤੇ ਸਪੋਰਟ ਦੇ ਸੋ ਲੈਟਸ ਸੀ ਕਿ ਜੋ ਬਾਈਡਨ ਦੀ ਕੈਂਪੇਨ ਨੂੰ ਕੀ ਫਾਇਦਾ ਹੁੰਦਾ ਹੈ ਇਸ ਚੀਜ਼ ਨੂੰ ਲੈ ਕੇ ਐਂਡ ਲਾਸਟ ਪਰ ਨਾਟ ਓਲੀਸਟ ਕੋਵਿਡ ਦਾ ਸਮਾਂ ਚੱਲ ਰਿਹਾ ਹੈ ਸਟਿਮੂਲਸ ਦੀ ਗੱਲ ਹੋ ਰਹੀ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਜੋ ਨੈਕਸਟ ਰਾਉਂਡ ਆਫ ਫੈਡਰਲ ਫੰਡਿੰਗ ਇਸ ਵਿਲੇ ਡਿਸਕਸ ਹੋ ਰਹੀ ਹੈ ਡੈਮੋਕ੍ਰੇਟਸ ਰਿਪਬਲਿਕਨਸ ਐਂਡ ਵਾਈਟ ਹਾਊਸ ਨੂੰ ਲੈ ਕੇ ਉਹਦੇ ਵਿੱਚ ਲੱਗ ਰਿਹਾ ਸੀ ਸਾਨੂੰ ਇਸ ਹਫਤੇ ਕੁਝ ਪ੍ਰੋਗਰੈਸ ਹੋਣ ਵਾਲਾ ਸੀ ਸਪੀਕਰ ਆਫ ਦਾ ਹਾਊਸ ਸਪੀਕਰ ਨੈਂਸੀ ਪੋਲੋਸੀ ਉਨਾ ਨੇ ਕੁਝ ਸਿਗਨਲ ਇਸ ਤਰ੍ਹਾਂ ਦੇ ਦਿੱਤੇ ਥੈਟ ਟ੍ਰੈਜਰੀ ਸਕੱਟਰੀ ਸਟੀਵ ਮੰਚਨ ਦੇ ਨਾਲ ਉਹਨਾਂ ਦੀ ਗੱਲ ਅੱਗੇ ਵੱਧ ਰਹੀ ਹੈ ਬਟ ਇੱਕ ਬਹੁਤ ਵੱਡੀ ਤੁਸੀਂ ਕਹਿ ਲਓ ਅਨਾਉਂਸਮੈਂਟ ਜਾਂ ਲੀਕ ਹੋਈ ਹੋਈ ਪਰ ਸਾਨੂੰ ਦੱਸਦੀ ਹੈ ਦੈਟ ਮਿਚ ਮਿਕਨਲ ਅਮ ਸੈਨੇਟਰ ਮਿਚ ਮਿਕਨਲ ਅ ਰਿਪਬਲਿਕਨ ਨੇ ਇਸ ਚੀਜ਼ ਨੂੰ ਰੋਕਿਆ ਤੇ ਵਾਈਟ ਹਾਊਸ ਨੂੰ ਐਡਵਾਈਸ ਕੀਤਾ ਕਿ ਇਲੈਕਸ਼ਨ ਤੋਂ ਪਹਿਲੇ ਕੋਈ ਵੀ ਬਿਲ ਨਾ ਪਾਸ ਕਰੇ ਸੋ ਲੈਟਸ ਸੀ ਕਿ ਕਿਸ ਤਰ੍ਹਾਂ ਚੀਜ਼ ਹੋ ਡਿਵੈਲਪ ਹੁੰਦੀ ਹੈ ਅੱਜ ਦੇ ਸ਼ੋ ਦੇ ਵਿੱਚ ਜਿਸ ਤਰ੍ਹਾਂ ਇਸ ਪੂਰਾ ਹਫਤਾ ਇਲੈਕਸ਼ਨ ਨੂੰ ਲੈ ਕੇ ਕਵਰੇਜ ਤੁਹਾਨੂੰ ਦੱਸ ਰਿਹਾ ਕਿ ਕਿਸ ਤਰ੍ਹਾਂ ਵੱਖ-ਵੱਖ ਗਰੁੱਪਸ ਆਪਣੀ ਸਪੋਰਟ ਅ 트ੰਪ ਜਾਂ ਬਾਈਡਨ ਪਿੱਛੇ ਪਾ ਰਹੇ ਐਂਡ ਕਿਉਂ ਇਸ ਪ੍ਰੋਗਰਾਮ ਦੇ ਵਿੱਚ ਵੀ ਇਹ ਦੀ ਗੱਲ ਹੋਏਗੀ ਅੱਜ ਥੋੜਾ ਜਿਹਾ ਫੋਕਸ ਕਰਾਂਗੇ bizness ਦੀ ਵੱਖ-ਵੱਖ ਇੰਡਸਟਰੀਜ਼ ਦੇ ਵਿੱਚ ਖਾਸ ਕਰਕੇ ਉਹ ਇੰਡਸਟਰੀਜ਼ ਜੋ ਸਾਡੀ ਕਮਿਊਨਿਟੀ ਵਿੱਚ ਕਾਇਮ ਹਨ ਵੱਡੇ ਲੈਵਲ ਤੇ ਸਾਨੂੰ ਵੇਖਣ ਨੂੰ ਮਿਲਦੀ ਹੈ ਤੇ ਜਿੱਥੇ bizness ਐਂਟਰਪ੍ਰਨਿਅਰਸ ਦੀ ਗੱਲਾਂ ਦੀ ਕੁਝ ਬਹੁਤ ਹੀ ਵਧੀਆ ਗੈਸਟਸ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜਨਗੇ ਇੱਥੇ ਮੈਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੀ ਹਾਂ ਪਰ ਤੁਸੀਂ ਕਿਤੇ ਨਾ ਜਾਓ ਸ਼ੋਅ ਬਿਲਕੁਲ ਇਸ ਤਰ੍ਹਾਂ ਚੱਲਦਾ ਜਾਏਗਾ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਵਾਪਸ ਆ ਕੇ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਨੂੰ ਲੱਗਦਾ ਹੈ ਅੱਜ ਦੀ ਆਪਾਂ ਨਾ ਗੱਲ ਕਰੀਏ ਇਸ ਟਾਈਮ ਦੀ ਗੱਲ ਕਰੀਏ ਤੇ ਇੱਕ ਹੀ ਮੁੱਦਾ ਖਾਸ ਕਰਕੇ ਯੂਨਾਈਟਿਡ ਸਟੇਟਸ ਲਈ ਸਭ ਤੋਂ ਟੌਪ ਤੇ ਆਂਦਾ ਹੈ ਉਹ ਹੈਗਾ ਸਾਡਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਿਰਫ 13 ਦਿਨ ਰਹਿ ਗਏ ਐ ਸਿਲੈਕਸ਼ਨ ਤੱਕ ਤੇ ਸਾਡੇ ਵੱਲੋਂ ਪੂਰੀ ਜਾਣਕਾਰੀ ਇਸ ਇਲੈਕਸ਼ਨ ਨੂੰ ਲੈ ਕੇ ਕੈਂਡੀਡੇਟਸ ਨੂੰ ਲੈ ਕੇ ਵੱਖ-ਵੱਖ ਉਹਨਾਂ ਦੀ ਪੋਲਿਸੀਜ਼ ਤੇ ਪਾਰਟੀ ਪਲੈਟਫਾਰਮਜ਼ ਨੂੰ ਲੈ ਕੇ ਸਾਰੀ ਜਾਣਕਾਰੀ ਤੁਹਾਨੂੰ ਪੇਸ਼ ਕਰ ਰਹੇ ਆ ਤੇ ਇਸ ਹਫਤੇ ਸਾਡੀ ਗੱਲ ਹੋ ਰਹੀ ਹੈ ਜਿੱਥੇ ਪ੍ਰੈਜ਼ੀਡੈਂਟ ਟਰੰਪ ਤੇ ਇੱਕ ਪਾਸੇ Biden han ਇਸ ਕੰਟਰੀ ਦੇ ਵੱਖ-ਵੱਖ ਗਰੁੱਪਸ ਭਾਵੇਂ ਤੁਸੀਂ ਸੀਨੀਅਰ ਸਿਟੀਜ਼ਨਸ ਦੀ ਕਹਿ ਲੋ ਲੇਡੀਜ਼ ਦੀ ਕਹਿ ਲੋ ਫੀਮੇਲ ਵੋਟ ਵੱਖ-ਵੱਖ ਬਿਜ਼ਨਸ ਇੰਡਸਟਰੀਜ਼ ਕਹਿ ਲੋ ਜਿਸ ਤਰ੍ਹਾਂ ਕੱਲ ਤੁਹਾਨੂੰ ਐਗਰੀਕਲਚਰ ਇੰਡਸਟਰੀ ਦਾ ਪਰਸਪੈਕਟਿਵ ਸ਼ੇਅਰ ਕੀਤਾ ਸੀ ਇਹਨਾਂ ਦੀ ਸਪੋਰਟ ਕਿਸ ਕੈਂਡੀਡੇਟ ਪਿੱਛੇ ਹੈ ਐਂਡ ਕਿਉਂ ਤੁਹਾਨੂੰ ਇਹ ਚੀਜ਼ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਸ਼ਾਇਦ ਤੁਹਾਡੀ ਆਪਣੀ ਸਪੋਰਟ ਇਸ ਚੀਜ਼ ਤੋਂ ਇਨਫਲੂਐਂਸ ਹੋਏ ਬਟ ਇਨ ਐਨੀ ਕੇਸ ਅੱਜ ਵੀ ਤੁਹਾਡੇ ਲਈ ਬਹੁਤ ਵਧੀਆ ਪੈਨਲ ਲੈ ਕੇ ਆਏ ਆ ਤੇ ਜਿੱਥੇ ਇੰਡਸਟਰੀ ਦੀ ਗੱਲ ਆਉਂਦੀ ਹੈ ਖਾਸ ਕਰਕੇ ਸਾਡੀ ਕਮਿਊਨਿਟੀ ਵਿੱਚ ਇੱਕ ਇਹੋ ਜਿਹਾ ਇੰਡਸਟਰੀ ਹੈ ਜਿਹਦੇ ਵਿੱਚ ਸਾਡੀ ਕਮਿਊਨਿਟੀ ਦੀ ਐਕਸਪਰਟੀਜ਼ ਹੈ ਪਕ ਕਹਿ ਸਕਦੇ ਆਪਾਂ ਮਾਹਿਰ ਆ ਇਸ ਇੰਡਸਟਰੀ ਵਿੱਚ ਤੇ ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ ਜਦੋਂ ਟਰੱਕਿੰਗ ਦੀ ਗੱਲ ਆਉਂਦੀ ਹੈ ਪੰਜਾਬੀਆਂ ਨੇ ਬਹੁਤ ਵੱਡੇ ਲੈਵਲ ਤੇ ਅਚੀਵਮੈਂਟ ਕੀਤੀ ਹੋਈ ਹੈ ਇਸ ਇੰਡਸਟਰੀ ਵਿੱਚ ਤੇ ਅੱਜ ਮੈਂ ਇਸ ਸੈਗਮੈਂਟ ਦੇ ਵਿੱਚ ਥੋੜਾ ਜਿਹਾ ਫੋਕਸ ਕਰਨਾ ਚਾਹਾਂ ਕਿ ਟਰੱਕਿੰਗ ਇੰਡਸਟਰੀ ਕਿਸ ਪਾਸੇ ਆਪਣੀ ਸਪੋਰਟ ਪਾ ਰਹੀ ਹੈ ਐਂਡ ਕਿਉਂ ਐਂ ਜਦੋਂ ਵੱਖ-ਵੱਖ ਕੈਂਡੀਡੇਟਸ ਦੀ ਗੱਲ ਆਉਂਦੀ ਹੈ ਕੀ ਇਸ਼ੂਜ਼ ਇਸ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਅਫੈਕਟ ਕਰ ਰਹੇ ਆ ਭਾਵੇਂ ਆਪੋਜ਼ਿਟਿਵ ਹੋਏ ਜਾਂ Negative. So please join me in welcoming a uh, Sarde Aj uh, Sham, the Pele guest, form, for joining us from California, Mr. Her Simran Singh, Joke President Han of the North American Punjabi Trucking Association, as well as CEO of Gilson Trucking. Her Simran Jean, program Program, Devich Swagat ਸਸ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਵੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਟੂ ਹੈਵ ਯੂ ਹਰਸਿਮਰਨ ਜੀ ਟੂ ਸੀ ਇਸ ਪ੍ਰੋਗਰਾਮ ਦੇ ਨਾਲ ਵਾਕਿਵੋ ਤੁਸੀਂ ਪਹਿਲੇ ਵੀ 사이ਡ ਨਾਲ ਜੁੜ ਚੁੱਕੇ ਹੋ ਸਾਨੂੰ ਆਪਣਾ ਤੁਸੀਂ ਕਹਿ ਲਓ ਇਸ ਇੰਡਸਟਰੀ ਦੀ ਐਕਸਪਰਟੀਜ਼ ਤੇ opinion share ਕਰਨ ਲਈ ਤੇ ਅੱਜ ਵੀ ਵੀ ਥੈਂਕ ਯੂ ਫॉर ਯੋਰ ਟਾਈਮ ਸਾਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ ਬਟ ਹਰਸਿਮਰਨ ਜੀ ਜਿੱਥੇ ਟਰੱਕਿੰਗ ਦੀ ਗੱਲ ਆਂਦੀ ਸਭ ਤੋਂ ਪਹਿਲੇ ਮੈਂ ਦਰਸ਼ਕਾਂ ਨੂੰ ਇੱਕ ਬਾਰੀ ਫਿਰ ਦੱਸਣਾ ਚਾਹੁੰਦੀ ਤੁਸੀਂ ਇਸ ਸੰਸਥਾ ਨੈਪਟਾ ਦੇ ਪ੍ਰੈਜ਼ੀਡੈਂਟ ਹੈਗੇ ਨੈਪਟਾ ਐਜ਼ ਇਨ ਨਾਰਥ ਅਮੇਰੀਕਨ Indian Punjabi Trucking Association which is a nationwide organization ਬਹੁਤ ਵੱਡੇ ਲੈਵਲ ਤੇ ਤੁਸੀਂ ਪੰਜਾਬੀ ট্রাকਰਸ ਨੂੰ ਜੋੜਿਆ ਹੈ ਤੇ ਇਸ ਇੰਡਸਟਰੀ ਦੇ ਆਪਾਂ ਕਹਿ ਸਕਦੇ ਆ ਪਲਸ ਤੇ ਤੁਹਾਡੀ ਬਿਲਕੁਲ ਉਂਗਲੀ ਹੈਗੀ ਸਭ ਤੋਂ ਪਹਿਲੇ ਹਰ ਸਿਮਰਨ ਜੀ ਅਗਰ ਆਪਾਂ ਇਸ ਪਿਛਲੇ ਸਾਲ ਦੀ ਗੱਲ ਕਰੀਏ ਥੋੜਾ ਜਿਹਾ ਤੁਸੀਂ ਪਹਿਲੇ ਵੀ ਸਾਨੂੰ ਦੱਸਿਆ ਸੀ ਕਿ ਕੋਵਿਡ ਨੂੰ ਲੈ ਕੇ ਟਰਕਿੰਗ ਕਿਸ ਤਰ੍ਹਾਂ ਇੰਪੈਕਟ ਹੋਈ ਹੈ ਤੇ ਸਪਲਾਈ ਚੇਨ ਐਂਡ ਡਿਮੈਂਡ ਐਂਡ ਇਤਸੈਟਰਾ ਬਟ ਅੱਜ ਮੈਂ ਗੱਲ ਕਰਨਾ ਚਾਹੁੰਦੀ ਐ ਕਿ ਇਸ ਪ੍ਰੈਜ਼ੀਡੈਂਟ ਦਾ ਕਿਸ ਤਰ੍ਹਾਂ ਦਾ ਇੰਪੈਕਟ ਹੋਇਆ ਇਸ ਇੰਡਸਟਰੀ ਤੇ ਖਾਸ ਕਰਕੇ Trade wars and tariffs China Denal um, and even a certain, uh, to a certain extent, even things like the uh, NAFTA, the changes. Haan, is President. Under. let's start with that. These policies uh, by President Trump, his administration, and the party, the Republican Party, in ne industry no, impact uh, de, uh, toh Thank you so much. ਅ ਤੁਸੀਂ ਇਸ ਕੰਟੈਕਸਟ ਦੇ ਵਿੱਚ ਗੱਲ ਕਰਦੇ ਹੋ ਕਿ ਆਪਣਾ ਜਿਹੜਾ ਪਾਰਟੀ ਰਿਪਬਲਿਕਨ ਪਾਰਟੀ ਨੇ ਸਾਡਾ ਜਿਹੜਾ ਉਹ ਕੀ ਫਾਇਦਾ ਨੁਕਸਾਨ ਆ ਸੋ ਪਹਿਲਾਂ ਥੋੜਾ ਜਿਹਾ ਆਪਾਂ ਟੈਕਸਿਸ ਬਾਰੇ ਗੱਲ ਕਰ ਲੈਨੇ ਆ ਸੋ ਇਕਨੋਮਿਕਸ ਦੇ ਵਿੱਚ ਤੁਸੀਂ ਬੇਸਿਕ ਜਿਹੜੇ ਪ੍ਰਿੰਸੀਪਲਸ ਨੇ ਨਾ ਕਦੀ ਵੀ ਜਿਹੜੇ ਟੈਕਸਿਸ ਹੁੰਦੇ ਆ ਇਹ ਬੇਸਿਕਲੀ ਇਸ ਕੋ ਨਾਲ ਗੈਟ ਪਾਸਡ ਔਨ ਟੂ ਦਾ ਕੰਜ਼ਿਊਮਰ ਉਹ ਕੰਜ਼ਿਊਮਰ ਨੂੰ ਪੈਸ ਔਨ ਹੋਣੇ ਆ ਤੁਸੀਂ ਜਿੰਨੇ ਵੀ ਲਈ ਜਾਓ ਐਂਡ ਆਫ ਦਾ ਡੇ ਮੋਰ ਟੈਕਸੇਸ ਤੇ ਟੈਰਫ ਵਾਰ ਹਨ ਇੱਕ ਖਾਸ ਕਰਕੇ ਜਿਵੇਂ ਗਲੋਬਲ ਜਿਹੜੀ ਇਕਨੋਮੀ ਆ ਇਹ ਕਦੀ ਬੈਨੀਫਿਟ ਨਹੀਂ ਹੁੰਦੀ ਇਹਦੇ ਉੱਤੇ it momentarily changes जरूर ਲਗਦੀਆਂ ਵਾ ਬਟ ਲੌਂਗ ਰਨ ਦੇ ਵਿੱਚ ਨੋਬਾਡੀ ਬੈਨੀਫਿਟਸ ਫਰਮ ਹਾਇਰ ਟੈਕਸਸ so ਜੇ ਤੁਸੀਂ ਵੇਖਿਆ ਹੋਵੇ ਟਰੰਪ ਹੁਣਾ ਨੇ the way that he kept it over oh, oh, 22% ਜਿਹੜਾ ਫਲੈਟ ਕਰਤਾ ਕਾਰਪੋਰੇਟ ਟੈਕਸ that has helped tremendously ਉਹਨੇ ਬਹੁਤ ਹੈਲਪ ਕੀਤੀ ਓਵਰਆਲ ਕ੍ਰੋਸ ਦਾ ਬੋਰਡ so there was one thing that they did great ਹਾਂ ਜਿਹੜੀ ਚੀਜ਼ ਹਰਟ ਕੀਤੀ ਉਹ ਸੀ ਕਿ ਚਾਈਨਾ ਦੇ ਨਾਲ ਰਿਲੇਸ਼ਨ ਜਿਨ੍ਹਾਂ ਦੇ ਵਿੱਚੋਂ ਐਸ ਯੂ نو ਕਿ ਆਪਣੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੰਪੋਰਟਿੰਗ ਐਕਸਪੋਰਟ ਜਿਹੜਾ ਮੋਸਟਲੀ ਇੰਪੋਰਟ ਹੀ ਆ ਜਿਹੜਾ ਅਪਾ ਚਾਈਨਾ ਤੋਂ ਚੱਲਦਾ ਉਹਦੇ ਨਾਲ ਟਰਕਿੰਗ ਇੰਡਸਟਰੀ ਡਾਇਰੈਕਟਲੀ ਇੰਪੈਕਟਡ ਹੋਈ ਸੀਗੀ ਇਨ 2019 ਤੇ 20 अर्ली 20s ਦੇ ਵਿੱਚ ਟਰਕਿੰਗ ਦਾ ਕੋਈ ਬਹੁਤੇ ਵਧੀਆ ਹਾਲ ਨਹੀਂ ਸੀਗੇ ਐਂਡ THEN ਕੋਵਿਡ ਕੇਮ ਅਲੋਂਗ ਉਹਦੋਂ ਇੱਕਦਮ ਡਾਵਾਡੋਲ ਹੋ ਗਏ ਬਟ ਜਿਹੜੀ ਚੀਜ਼ ਨੇ ਫੇਰ ਦੁਬਾਰਾ ਟਰਕਿੰਗ ਦੇ ਵਿੱਚ ਆਕਸੀਜਨ ਵਾਂਗੂ ਕੰਮ ਕੀਤਾ ਉਹ ਸੀ ਕਿ PPP ਲੋਨ ਸੀਗੇ ਜਿਹੜੇ ਉਹ ਤੋਂ ਬਾਅਦ ਜਿਹੜੇ ਡਿਜ਼ਾਸਟਰ ਲੋਨਸ ਆਏ ਸੋ ਇਹ ਦੋ ਤਿੰਨ ਜਿਹੜੇ ਪ੍ਰੋਗਰਾਮ ਸੀਗੇ ਇਹਨਾਂ ਨੇ ਦੁਬਾਰਾ ਜਿਹੜੀਆਂ ਟਰਕਿੰਗ ਕੰਪਨੀਆਂ ਵਾਂ ਉਹਨਾਂ ਨੂੰ ਸਰਵਾਈਵ ਰਿਵਾਈਵ ਰਿਵਾਈਵ ਕਰ ਦਿੱਤਾ ਤੇ ਦਿਸ ਥਰਡ ਥਿੰਗ ਥੈਟ ਹੈਜ਼ ਹੈਪਨਡ ਕਿ ਜਿਹੜੀ ਪੈਸੇ ਆਉਣ ਦੇ ਨਾਲ ਡਿਮੈਂਡ ਸੀਗੀ ਫੂਡ ਦੀ ਖਰਚਣ ਦੀ ਚਾਹੇ ਲੋਕਾਂ ਦੀ ਜਿਹੜੀ ਬਾਇੰਗ ਪਾਵਰ ਸੀਗੀ ਉਹ ਵਧਣ ਦੇ ਨਾਲ ਅ ਡੀ ਡੀ ਇੱਕ ਚਾਈਨਾ ਦੇ ਨਾਲ ਬੰਦ ਹੋਣ ਕਰਕੇ ਲੋਕਲ ਮੈਨੂਫੈਕਚਰਿੰਗ ਤੇ ਬਹੁਤ ਫਰਕ ਪਿਆ ਜਿਹਨੇ ਟਰਕਿੰਗ ਦੀ ਡਿਮਾਂਡ ਸੀਗੀ ਉਹ ਬਹੁਤ ਵੱਧ ਗਈ ਤੇ ਉਹਦੇ ਨਾਲ ਕੈਪੈਸਿਟੀ ਟਾਈਟ ਹੋ ਗਈ ਕੈਪੈਸਿਟੀ ਟਾਈਟ ਹੋਣ ਦੇ ਨਾਲ ਮੋਸਟਲੀ ਟਰਕਿੰਗ ਕੰਪਨੀਆਂ ਜਿਹੜੀਆਂ ਸਰਵਾਈਵ ਕਰ ਗਈਆਂ ਉਹ ਬੈਨੀਫਿਟ ਦੇ ਟੁਕ ਰੀਲੀ ਗੁੱਡ ਬੈਨੀਫਿਟ ਆਫ ਥੀਸ ਟਾਈਮਸ ਸੋ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਤੁਸੀਂ ਇਸ ਐਡਮਿਨਿਸਟ੍ਰੇਸ਼ਨ ਦਾ ਲਾਭ ਚਾਹੇ ਕੋਈ ਇੱਥੇ ਹੋਰ ਵੀ ਹੁੰਦੀ ਸੋ ਇਟ ਹੈਜ਼ ਰੀਲੀ ਵਰਕਡ ਇਨ ਫੇਵਰ ਆਫ ਟਰਕਿੰਗ ਜੀ ਆਮ ਆਮ ਸੋ ਗਲੈਡ ਹਰਸਿਮਰਨ ਜੀ ਤੁਸੀਂ ਇੰਨੇ ਸਿੰਪਲ ਸ਼ਬਦਾਚ ਸਾਨੂੰ ਥੋੜੇ ਜੀ ਇੱਥੇ ਦੇ ਮੈਕੈਨਿਕਸ ਇਸ ਇੰਡਸਟਰੀ ਦੇ ਐਕਸਪਲੇਨ ਕਿਤੇ ਕਿਸ ਤਰ੍ਹਾਂ ਇਕਨੋਮਿਕਲੀ ਇਹ ਐਡਮਿਨਿਸਟ੍ਰੇਸ਼ਨ ਹਨ ਦੀ ਪੋਲਿਸੀਜ਼ ਟੋਟਲੀ ਫੇਵਰੇਬਲ ਰਹੇ ਹਨ ਪਰ ਹਰਸਿਮਰਨ ਜੀ ਅਗਰ ਅਪਾ ਇਸ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਦੇ ਆਰ ਰਨਿੰਗ ਫॉर ਰੀ ਇਲੈਕਸ਼ਨ ਐਂਡ ਇਸ ਕੰਟਰੀ ਦੇ ਵਿੱਚ ਇਤਿਹਾਸਿਕ ਤੌਰ ਤੇ ਜਦੋਂ ਇੱਕ ਇਨਕੰਬੈਂਟ ਪ੍ਰੈਜ਼ੀਡੈਂਟ ਦੂਜੀ ਟਰਮ ਲਈ ਆਂਦਾ ਹੈ ਉਹਨਾਂ ਦਾ ਜੋ ਤੁਸੀਂ ਕਹਿ ਲੋ ਅਗਰੈਸਿਵਨੈਸ ਹੁੰਦੀ ਹੈ ਕੁਝ ਪੋਲਿਸੀਜ਼ ਨੂੰ ਲੈ ਕੇ ਉਹ खत्म हो ਜਾਂਦੀ ਹੈ बिकॉज ਆਬੀਸ ਇਟਸ ਅ ਡਿਫਰੈਂਟ ਦੇ ਆ ਦੇ ਆਰ ਓਕਿਪਾਈਂਗ ਅ ਡਿਫਰੈਂਟ ਟਾਈਪ ਆਫ ਪ੍ਰੈਜ਼ੀਡੈਂਸੀ ਦੂਜੀ ਟਰਮ ਦੇ ਵਿੱਚ রাইਟ ਸੋ ਅਗਰ ਆਪਾਂ ਗੱਲ ਕਰਦੇ ਆ ਤੁਹਾਨੂੰ ਲੱਗਦਾ ਹੈ ਐਸ ਬੈਸਟ ਯਰ ਨੌਲੇਜ ਕਿਉਂਕਿ ਦਿਸ ਇਜ਼ ਤੁਸੀਂ ਹੁਣ ਮਤਲਬ ਫਿਊਚਰ ਪ੍ਰਡਿਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਟ ਐਸ ਬੈਸਟ ਯਰ ਨੌਲੇਜ ਤੁਹਾਨੂੰ ਲੱਗਦਾ ਹੈ ਕਿ 트럼ਪ ਐਡਮਿਨਿਸਟ੍ਰੇਸ਼ਨ ਇੱਕ ਹੋਰ ਟਰਮ ਲਈ ਆਂਦੀ ਹੈ ਜੋ ਫੇਵਰੇਬਲ ਪਾਲਿਸੀਜ਼ ਖਾਸ ਕਰਕੇ ਇਸ ਇੰਡਸਟਰੀ ਵਿੱਚ ਯਾ ਇਕਨੋਮਿਕਲੀ ਤੁਹਾਨੂੰ ਵੇਖਣ ਨੂੰ ਮਿਲੀਆਂ ਉਹ ਕੰਟੀਨਿਊ ਹੋਣਗੀ ਜਾਂ ਉਹਨਾਂ ਨੂੰ ਐਕਸਪੈਂਡ ਕੀਤਾ ਜਾਏਗਾ ਜਾਂ ਤੁਹਾਨੂੰ ਲੱਗਦਾ ਉਹਨਾਂ ਤੇ ਪਾਬੰਦੀ ਲਾਦੀ ਜਾਏਗੀ 트럼ਪ ਐਡਮਿਨਿਸਟ੍ਰੇਸ਼ਨ ਨੇ ਕੁਝ ਟਰੱਕਿੰਗ ਨੂੰ ਲੈ ਕੇ ਬਹੁਤਾ 네ਗੇਟਿਵ ਕੰਮ ਨਹੀਂ ਕੀਤਾ ਸੋ ਫੇਵਰੇਬਲੀ ਰਹਿ ਸੋ ਫਾਰ ਤੇ ਕੁਝ ਮੈਨੂੰ ਆਉਣ ਵਾਲੇ ਫਿਊਚਰ ਚ ਵੀ ਨਹੀਂ ਲੱਗਦਾ ਕਿ ਕੁਝ ਉਹਨਾਂ ਦਾ ਐਡਾ ਜਿਹੜਾ ਨਿਗੇਸ਼ਨ ਦੇ ਵਿੱਚ ਕੁਝ ਜਾਊਗਾ ਆਈ ਥਿੰਕ ਦੇ ਮੋਸਟਲੀ ਇਨ ਫੇਵਰ ਆਫ ਟਰਕਿੰਗ ਚਾਹੇ ਬਿਗ ਬਿਜ਼ਨਸਸ ਦੇ ਵਿੱਚ ਹਾਂ ਕੈਲੀਫੋਰਨੀਆ ਹੈਜ਼ ਇਟਸ ਓਨ ਇਸ਼ੂਸ ਸਾਡੇ ਇੱਥੇ ਆਪਣੇ ਟੈਕਸਸ ਐਂਡ ਸਮ ਅਦਰ ਸਟਫ uh it's not the best state to do business cost karke transportation da we uh you know hor ikke bathera ko sanu karna painda va ਬਟ uh, even ਜਿਹੜੇ ਵੱਡੇ ਗਰੋਅਰਜ਼ ਆ ਚਾਹੇ ਜਿਹੜੇ ਵੱਡੇ ਸ਼ਿਪਰ ਆ ਕਸਟਮਰ ਆ 트ੰਪ ਨੂੰ ਲੈ ਕੇ ਆਪਟਿਮਿਜ਼ਮ ਹੈਗਾ ਸੋ ਇਹ ਗੱਲ ਮਤਲਬ ਸਾਡੇ ਵਾਰ-ਵਾਰ ਸਾਹਮਣੇ ਆਉਂਦੀ ਆ ਲਿੰਕਡਿਨ ਪ੍ਰੋਫਾਈਲਸ ਉੱਤੇ ਵੀ ਜਿਹੜੇ ਜਿੰਨਾਂ ਕੋਲ ਅਸੀਂ ਜਿੰਨਾਂ ਨਾਲ ਕੰਮ ਕਰਦੇ ਆ ਸੋ ਦੇ ਲੀਨ ਮੋਰ ਟੂਵਰਡਸ 트ੰਪ ਐਡਮਿਨਿਸਟ੍ਰੇਸ਼ਨ ਕਿ ਜੇ ਉਹ ਕੰਟੀਨਿਊ ਕਰਦੇ ਆ ਬਾਕੀ ਸਟਾਕ ਮਾਰਕੀਟ ਦੇ ਸੈਂਟੀਮੈਂਟ ਵੀ ਕਾਫੀ ਉਹਨਾਂ ਦੇ ਨਾਲ ਜੁੜੇ ਆ ਬਿਕੋਜ਼ ਦੇ ਸੀ ਦ ਵੈਲਿਊ ਸੋ ਇਹ ਡੈਫੀਨਿਟਲੀ ਮਤਲਬ ਜੇ ਪੋਜ਼ਿਟਿਵ ਨਹੀਂ ਹੋਣਾ ਤੇ ਕੁਝ ਨੈਗੇਟਿਵ ਨਹੀਂ ਐਡਾ ਇੱਕਦਮ ਨੀਅਰ ਫਿਊਚਰ ਦੇ ਵਿੱਚ ਆ ਕਿ which would be very cohesive bahut koi bada in this on gaya ji um i'm glad to see thoda ja khas kare california de bare gal kiti because one of the big things jo california de vich ta bahut vaddi level te vekhan mil nu mildiyan sanu but even agar apa jo biden de platform di gal karde ha it is definitely a key item unna uh, de agenda de vich oh hai gi environmental regulations and regulation in general right so uh, in tarah de pabandiyan nu laake uh, transportation vich tanu kinna k concern ਕਰਨਾ ਦੈਟ ਇਨ ਕੇਸ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਆ ਜਾਂਦੀ ਹੈ ਪਾਵਰ ਦੇ ਵਿੱਚ ਕਿਸ ਤਰ੍ਹਾਂ ਦੇ ਕਨਸਰਨਸ ਉਹ ਤੁਹਾਡੇ ਵਿੱਚ ਰੇਜ਼ ਕਰਦੇ ਆ ਦੇਖੋ ਜੀ ਟੈਕਸਸ ਦਾ ਮੇਨ ਆਇਕ ਹੈ ਨਾ ਟੈਕਸਸ ਜੇ ਇੱਥੇ ਫੇਰ ਵੱਧ ਜਾਂਦੇ ਆ ਵੈਨ ਯੂ ਗਰੋ ਅਬਵ ਸਰਟਨ ਲੈਵਲਸ ਫਿਰ ਬੇਸਿਕਲੀ देयर इज नॉट मच यू कैन डू ऑन द रेवेन्यू साइड ਤੁਹਾਡੀ ਜਿਹੜੀ ਪਰ ਟਰੱਕ ਇਨਕਮ ਆ ਨਾ ਇਟ ਉਹ ਨਹੀਂ ਵੱਧਦੀ ਨਹੀਂ ਆ ਥੋੜੀ ਥੱਲੇ ਜਾਂਦੀ ਹੈ देन यू ਲੁੱਕ ਔਨ ਟੂ ਦਾ ਅਦਰ ਵੇਰੀਏਬਲਸ दैट ਯੂ ਕੈਨ ਕੰਟਰੋਲ ਐਂਡ ਦਾ ਟੈਕਸ ਇਸ ਡੈਫੀਨਿਟਲੀ ਦਾ ਵਨ ਕਿ ਤੁਹਾਨੂੰ ਟੈਕਸਸ ਦੇ ਵਿੱਚ ਕਿੰਨੀ ਛੋਟ ਆ ਟੈਕਸਸ ਦੇ ਵਿੱਚ ਤੁਹਾਡੇ ਵਟ ਵਰਕਸ ਬੈਸਟ ਫਾਰ ਯੂ ਜੇ ਮੈਂ 20% ਐਂਡ 40% మేక్ ਅ ਸਿਗਨੀਫੀਕੈਂਟ ਡਿਫਰੈਂਸ ਟੂ ਮਾਈ ਬਾਟਮ ਲਾਈਨ ਸੋ ਡੈਫੀਨਿਟਲੀ ਜਿਹੜੀ ਆ ਚੀਜ਼ ਮਤਲਬ ਬੇ ਕਨਸਰਨ ਆ if that happens G her simran so i think i should ask you the million dollar question if you're <clears throat> comfortable sharing of course the election is 13 days away and if you're if you can share to see kade le vote pa in ho it's a very good question that you asked but uh, ਮੈਂ ਐਕਚੁਅਲੀ ਜੇ ਤੇ بزنس ਪੁਆਇੰਟ ਆਫ View ਨੂੰ ਲੈ ਕੇ ਚੱਲਾਂ ਤੇ ਜਿਹੜੇ ਰਿਪਬਲਿਕਨ ਪਾਰਟੀ ਆ ਇਸ ਮੋਰ ਫੇਵਰੇਬਲ ਅ ਜੇ ਮੈਂ ਕੋਸ਼ ਜਿਹੜੀਆਂ ਹਿਮਨਿਟੇਰੀਅਨ ਗਰਾਉਂਡ ਦੇ ਉੱਤੇ ਆ ਬਲੈਕ ਲਾਈ ਮੈਟਰਸ ਜਾਂ ਜਿਹੜੇ ਹੋਰ ਆਪਣੇ ਇਸ਼ੂਜ਼ ਆ ਜੇ ਉਹਨਾਂ ਨੂੰ ਲੈ ਕੇ ਚੱਲਾਂ ਫਿਰ ਮੇਰੇ ਡਾਊਟ ਕਈ ਹੈਗੇ ਆ ਆ ਮਾਈ ओन ਡਾਊਟਸ ਹਨਾ ਅਮ ਬਟ ਮੈਂ ਹਜੇ ਟੂ ਬੀ ਓਨੈਸਟ ਵਿਦ ਯੂ ਮੈਂ ਆਪਣੀਆਂ ਪ੍ਰੋਪਸ ਦੇ ਉੱਤੇ ਸਾਰਿਆਂ ਦੇ ਉੱਤੇ ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਲੋਕਲ ਜਿਹੜੇ ਕੈਂਡੀਡੇਟਸ ਆ ਆਈ نو ਹੂ ਆਮ ਗੋਇੰ ਟੂ ਵੋਟ ਫॉर ਮਾਈ ਸਨ ਇਸ 12 ਇਅਰਸ 올ਡ ਐਂਡ ਹੀ ਇਜ਼ ਵੈਰੀ ਮੱਚ ਇਨਟੂ ਪੋਲਿਟਿਕਸ ਟੂ ਐਂਡ ਉਹ ਨੇ ਮੈਨੂੰ ਐਡਵਾਈਸ ਕੀਤਾ ਕਿ ਦੈਟ ਲੈਟਸ ਵੇਟ ਦੇ ਜਿਹੜੀ ਥਰਡ ਡਿਬੇਟ ਹੋਣੀ ਆ ਐਂਡ ਦੈਨ ਉਹਦੀ ਮੈਂ ਉਹ ਥਰਡ ਡਿਬੇਟ ਦੀ ਵੇਟ ਕਰਨ ਡਿਆ so then i will make up my mind ji and that debate is tomorrow night pa sare unnu bade excitement cha de naal vekhange har simran ji i think tusi is cheez de vich akele nahi hege but it's a small group but definitely halle bhi undecided voters is his sawal nu laake soch rahe hai ki kis passe unna di vote jaani chahidi hai we appreciate tusi sade naal jude any closing messages jande hunde sade viewers layi ਅਹ ਥੈਂਕ ਯੂ ਪਹਿਲਾਂ ਤੇ ਤੁਹਾਡਾ ਬਹੁਤ ਤੁਸੀਂ ਬੜੇ ਇੰਪੋਰਟੈਂਟ ਆਈ ਥਿੰਕ ਥਿਸ ਇਜ਼ ਵੈਰੀ ਇੰਪੋਰਟੈਂਟ ਲਾਰਜ ਆਫ ਪੀਪਲ ਸੀਕਿੰਗ ਨੋਲੇਜ ਇਨ ਦਿਨਰ ਦੇ ਵਿੱਚ ਇੱਕ ਮੈਂ ਵੀ ਆ ਅਹ that you know you bring it to the platform so they can make a better uh, choices about their future so ਇਸ ਕਰਕੇ ਮੈਂ ਸਾਰੀ ਜਸਟੀਮ ਦਾ ਥੈਂਕ ਯੂ ਕਰਦਾ ਮੇਰਾ ਮੈਸੇਜ ਜਿੰਨੀ ਮੈਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਉਹ ਇਹੀ ਆ ਕਿ ਅਹ ਟਰਕਿੰਗ ਦੇ ਨਾਲ ਹੀ ਰਿਲੇਟਡ ਆ ਕਿ ਓਵਰ ਐਕਸਾਈਟ ਨਾ ਹੋ this is just one face you have seen 2018 you have seen uh, 2007 2008 do not go overboard with it okay. uh, just like you know make sure kita da due diligence karke, go into buying or where if you have to stay here like you know just because the rates has been good for two three months uh, in nubota over, uh, over ਐਕਸਾਈਟਿਡ ਨਹੀਂ ਹੋਣਾ ਦੈਟਸ ਦੈਟਸ ਵਾਟ ਆਈ ਹੈਵ ਟੂ ਸੇ ਜੀ ਥੈਂਕ ਯੂ ਸੋ ਮੱਚ ਇੰਡਸਟਰੀ ਵਿੱਚ ਠਹਿਰਾਵ ਤੁਸੀਂ ਕਹਿ ਰਹੇ ਹੋ ਕਿ ਸਾਰਿਆਂ ਨੂੰ ਠਹਿਰਾਵ ਰੱਖਣਾ ਚਾਹੀਏ ਅਪਰੀਸ਼ੀਏਟ ਥੈਟ ਅਪਰੀਸ਼ੀਏਟ ਯੋਰ ਟਾਈਮ ਹਰਸਿਮਰਨ ਸਿੰਘ ਪ੍ਰੈਜ਼ੀਡੈਂਟ ਨੈਪਟਾ ਨਾਰਥ ਅਮਰੀਕਨ ਪੰਜਾਬੀ ਟਰਕਿੰਗ ਐਸੋਸੀਏਸ਼ਨ ਐਂਡ ਆਫ ਕੋਰਸ ਸੀਈਓ ਆਫ ਗਿਲਸਨ ਟਰਕਿੰਗ ਥੈਂਕ ਯੂ ਅਗੇਨ ਫਾਰ ਜੁਆਇਨਿੰਗ ਅਸ ਹੈਵ ਅ ਗੁੱਡ ਰੈਸਟ ਆਫ ਯੂ ਈਵਨਿੰਗ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਐਂਡ ਮੈਂ ਬਾਕੀ ਵੀਅਰਸ ਨੂੰ ਕਹਿਣਾ ਚਾਹੁੰਦੀ ਹਾਂ ਤੁਸੀਂ ਕਿੱਥੇ ਨਾ ਜਾਓ ਪ੍ਰੋਗਰਾਮ ਬਿਲਕੁਲ ਇਸ ਤਰ੍ਹਾਂ ਤੁਹਾਡੇ ਨਾਲ ਪੇਸ਼ ਕਰਦੇ ਰਵਾਂਗੇ ਇੱਕ ਹੋਰ ਵਧੀਆ ਗੈਸਟ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ ਬ੍ਰੇਕ ਤੋਂ ਸਪਾਰ ਬ੍ਰੇਕ ਤੋਂ ਬਾਅਦ ਸਾਇਦ ਇੱਕ ਵਾਰੀ ਫਿਰ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਵਕ ਵਕ ਬਿਜ਼ਨਸ ਇੰਡਸਟਰੀ ਐਕਸਪਰਟਸ ਨਾਲ ਜੁੜੇ ਹਨ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਪੱਖ ਰੱਖਣ ਲਈ ਕਿ ਕੀ ਉਹਨਾਂ ਨੂੰ ਪ੍ਰੈਜ਼ੀਡੈਂਟ 트ੰਪ ਦੀ ਐਡਮਿਨਿਸਟ੍ਰੇਸ਼ਨ ਤੋਂ ਬੇਨਫਿਟ ਹੋਇਆ ਹੈ ਐਂਡ ਕੀ ਉਹ ਐਕਸਪੈਕਟ ਕਰਦੇ ਐ ਅਗਲੀ ਟਰਮ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਜਾਂ ਜੋ ਬਾਈਡਨ 13 ਦਿਨ ਰਹਿ ਚੁੱਕੇ ਐ ਇਸ ਇਲੈਕਸ਼ਨ ਤੱਕ ਤੇ ਸਾਰੀ ਜਾਣਕਾਰੀ ਇਲੈਕਸ਼ਨ ਰਿਲੇਟਿਡ ਤੇ ਕਿੱਥੇ ਵਰਕ-ਵਰਕ ਇੰਡੀਵਿਜੂਅਲ ਸਾਡੀ ਕਮਿਟੀ ਵਿੱਚ ਆਪਣਾ ਤੁਸੀਂ ਕਹਿ ਲੋ ਡਿਸੀਜਨ ਰੱਖ ਰਿਹਾ ਹੈ ਉਹ ਸਾਰੀ ਇਨਫਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਸਾਡੇ ਨੈਕਸਟ ਗੈਸਟ ਸਾਨੂੰ ਜੁਆਇਨ ਕਰੇ ਥੋੜੀ ਜੀ ਇਨਫਰਮੇਸ਼ਨ ਆਪਣਾ opinion ਸ਼ੇਅਰ ਕਰਨ ਲਈ ਰੀਅਲ ਏਸਟੇਟ ਤੇ ਲੈਂਡਿੰਗ ਇੰਡਸਟਰੀ ਬਾਰੇ ਤੇ ਕਿਸ ਤਰ੍ਹਾਂ ਪ੍ਰੈਜ਼ੀ ਇਸ ਇੰਡਸਟਰੀ ਨੂੰ ਬੈਨੇਫਿਟ ਕੀਤੀ ਹੈ ਐਂਡ ਕੀ ਉਹਨਾਂ ਦੀ ਹੋਪਸ ਹਨ ਅਗਲੇ 4 ਸਾਲਾਂ ਲਈ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਇਸ ਸੈਗਮੈਂਟ ਲਈ ਸਾਡੇ ਗੈਸਟ ਮਿਸਟਰ ਮੋਹਨ ਸਿੰਘ ਚੀਮਾ ਜੁਆਇਨਿੰਗ ਅਸ ਫਰਮ ਕੈਲੀਫੋਰਨੀਆ ਮੋਹਨ ਚੀਮਾ ਜੀ ਤੁਸੀਂ ਜ਼ੈਂਡਰ ਮਾਰਗੇਜ ਦੇ ਕਰਤੇ ਧਰਤੇ ਤੁਸੀਂ ਲਗਾਤਾਰ ਸਾਡੇ ਚੈਨਲ ਤੇ ਸਾਡੇ ਵਿਊਅਰਸ ਨਾਲ ਜੁੜਦੇ ਹੋ ਤੁਹਾਨੂੰ ਅੱਜ ਮੁੱਦੇ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਅਸ਼ਮੀਰ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਭ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਤੁਹਾਨੂੰ ਤੇ ਸਭ ਨੂੰ ਮੇਰੀ ਬਹੁਤ ਪਿਆਰ ਭਰੀ ਸੱਚੀ ਗੱਲ ਜੀ। थैंक यू जी आई एम Glad 치마 ਜੀ ਤੁਸੀਂ ਸਾਡੇ ਨਾਲ ਜੁੜ ਸਕੇ बिकॉज वी ਅੰਡਰਸਟੈਂਡ ਬਹੁਤ ਬਿਜ਼ੀ ਟਾਈਮ ਹੈ ਖਾਸ ਕਰਕੇ ਇਸ ਇੰਡਸਟਰੀ ਦੇ ਵਿੱਚ ਜਿੱਥੇ ਆਪਾਂ ਕਹਿ ਸਕਦੇ ਹਾਂ ਕੋਵਿਡ ਦੇ ਵਿੱਚ ਅਗਰ ਕਿਸੇ ਇੰਡਸਟਰੀ ਨੂੰ ਥੋੜਾ ਬਹੁਤ ਦਾ ਪੋਜ਼ਿਟਿਵ ਇੰਪੈਕਟ ਹੋਇਆ ਸ਼ਾਇਦ ਉਹ ਰੀਅਲ ਏਸਟੇਟ ਦੇ ਵਿੱਚ ਬਟ ਆਫ ਕਰਸ ਤੁਸੀਂ ਐਕਸਪਰਟ ਹੋ ਇਸ ਚੀਜ਼ ਤੇ ਮੈਂ ਤੁਹਾਡੇ ਤੋਂ ਕਮੈਂਟਸ ਜ਼ਰੂਰ ਲੈਣਾ ਚਾਹਾਂਗੀ ਬਟ ਕੋਵਿਡ ਨੂੰ ਇੱਕ ਪਾਸੇ ਰੱਖ ਕੇ ਅਗਰ ਆਪਾਂ ਫੈਡਰਲ ਇਲੈਕਸ਼ਨ ਦੀ ਗੱਲ ਕਰਦੇ ਹਾਂ lets talk about the parties uh, the ਪ੍ਰੈਜ਼ੀਡੈਂਟ ਐਨ ਅਨਦਰ ਪਲੇਟਫਾਰਮ ਐ ਕਿਸ ਤਰ੍ਹਾਂ ਇਹ ਪਲੇਟਫਾਰਮ ਇਸ ਪਾਰਟੀ ਨੇ ਪਿਛਲੇ 4 ਸਾਲਾਂ 'ਚ ਕਿਸ ਤਰ੍ਹਾਂ ਤੁਹਾਡੀ ਇੰਡਸਟਰੀ ਨੂੰ ਅਫੈਕਟ ਕੀਤਾ ਹੈ ਚੀਮਾ ਜੀ ਤੁਸੀਂ ਇਸ ਬਾਰੇ ਕੀ ਸਾਨੂੰ ਦੱਸ ਸਕਦੇ ਹੋ ਜੀ ਅਸ਼ਮੇਦੀ ਸੁਣ ਲੇਕੋ ਇਸ ਤਰ੍ਹਾਂ ਹੈਗਾ ਕਿ ਜੋ ਹੈ ਕਿ ਸਭ ਨੂੰ ਜਾਣਨੇ ਆ ਖਾਸ ਕਰਕੇ ਜਿਵੇਂ ਰੀਅਲ اسٹیਟ ਦੇ ਮਾਰਗੇਜ ਦੀ ਗੱਲ ਕਰੀਏ ਤੇ ਜਿਹੜੀ ਲਾਸਟ ਪ੍ਰੈਜ਼ੀਡੈਂਸੀ ਜਿਹੜੀ ਇਸ ਵੇਲੇ ਐਕਟਿਵ ਹੈਗੀ ਹੈ ਜਿਹੜੀ ਚੱਲ ਰਹੀ ਹੈ ਸਰਕਾਰ ਇਹਨਾਂ ਨੇ ਜਿਹੜੇ ਵੀ ਸਟੈਪਸ ਲਿਖੇ ਨੇ ਲੈਨੇ ਉਹਦੇ ਕਾਰਨ ਜਿਹੜੀ ਓਵਰਆਲ ਮਾਰਕੀਟ ਹੈਗੀ ਆ ਉਹ ਪੋਜ਼ਿਟਿਵ ਹੀ ਨਜ਼ਰ ਆਈ ਹੈ ਇਹਦੇ ਵਿੱਚ ਵੀ ਕਹ ਲੋ ਵੀ ਰੀਅਲ ਸਟੇਟ ਤੇ ਮਾਰਗਿਨਲ ਕਮ ਹੈਗਾ ਅਸਲੇ ਉਹ ਕਾਫੀ ਅੱਛਾ ਚੱਲ ਰਿਹਾ ਹੈ ਜਿਹੜੀ ਇਕਨੋਮੀ ਜੇ ਯੂ ਐਸ ਦੀ ਇਕਨੋਮੀ ਦੀ ਗੱਲ ਕਰੀਏ ਤੇ ਇਹਦੇ ਜਿਹੜੇ ਕਈ ਪਿਲਰਸ ਹੈਗੇ ਆ ਉਹਨੂੰ ਜਿਹੜਾ ਸਭ ਤੋਂ ਸਟਰੋਂਗੇਸਟ ਸਟੈਂਡਿੰਗ ਪਿਲਰ ਜਿਹੜਾ ਅਸਲੇ ਹੈਗਾ ਉਹ ਅਸੀਂ ਕਹਿ ਸਕਨੇ ਆ ਕਿ ਰੀਅਲ ਸਟੇਟ ਤੇ ਮਾਰਗੇਜਸ ਦਾ ਹਗਾ ਜੋ ਕਿ ਐਸੋਲੇ ਬਿਲਕੁਲ ਸਹੀ ਤਰੀਕੇ ਨਾਲ ਖੜਾ ਸੋ ਇਸ ਵਾਸਤੇ ਕਹ ਲੋ ਕਿ ਜਿਹੜੀ ਵੀ ਕਰੰਟ ਸਰਕਾਰ ਹੈਗੀ ਹੈ ਮਿਸਟਰ ਟਰੰਪ ਦੀ ਮਿਸਟਰ ਪ੍ਰੈਜ਼ੀਡੈਂਟ ਟਰੰਪ ਦੀ ਉਹ ਐਸੋਲੇ ਇਸ ਕਹ ਲੋ ਵੀ ਇਨ ਵਨ ਵੇ অর ਦੀ ਅਦਰ ਵੀ ਉਹਨਾਂ ਨੇ ਚੰਗਾ ਕੰਮ ਕੀਤਾ ਤੇ ਉਹਦੇ ਕਾਰਨ ਜਿਹੜੀ ਆ ਮਾਰਕੀਟ ਦਾ ਇਹ ਉੱਪਰ ਕੋ ਜਿਆਦਾ 네ਗੇਟਿਵ ਇਫੈਕਟ ਜਿਹੜਾ ਹੈਗਾ ਉਹ ਨਹੀਂ ਪਿਆ ਜੀ ਜੀ ਗੁੱਡ ਟੂ ਹੀਅਰ ਚੀਮਾ ਜੀ ਆਮ ਆਮ ਸ਼ੋਰ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਟ ਬਨਨ ਤੋਂ ਪਹਿਲੇ ਰੀਅਲ ਏਸਟੇਟ ਦੇ ਵਿੱਚ ਇਨਵੋਲਵਮੈਂਟ ਆਮ ਉਸ ਚੀਜ਼ ਨੇ ਵੀ ਇਸ ਇੰਡਸਟਰੀ ਨੂੰ ਆਪਾਂ ਕਹਿ ਸਕਦੇ ਇੱਕ ਪੋਜ਼ਿਟਿਵ ਤਰੀਕੇ ਨਾਲ ਇੰਪੈਕਟ ਕੀਤਾ ਹੋਣਾ ਤੁਹਾਨੂੰ ਲੱਗਦਾ ਹੈ ਕਿ ਅਗਰ ਪ੍ਰੈਜ਼ੀਡੈਂਟ ਟਰੰਪ ਦੀ ਸਰਕਾਰ ਕੰਟੀਨਿਊ ਹੁੰਦੀ ਹੈ ਉਹ ਪ੍ਰੈਜ਼ੀਡੈਂਟ 트럼ਪ ਕਰਕੇ ਤੁਹਾਨੂੰ ਫੇਵਰੇਬਲ ਆਊਟਕਮ ਦੇ ਰਹੀ ਹੈ অর ਇਜ਼ ਇਟ ਮੋਰ ਦ ਪਾਰਟੀ ਤੁਸੀਂ ਅਗਰ ਸਾਡੇ ਵਿਊਅਰਸ ਲਈ ਉਹ ਡਿਫਰੈਂਸ ਦੇ ਬਾਰੇ ਥੋੜੀ ਡਿਸਕਸ਼ਨ ਕਰਨੀ ਹੋਏ ਪ੍ਰੈਜ਼ੀਡੈਂਟ 트럼ਪ ਵਰਸਸ ਦ ਰਿਪਬਲਿਕਨ ਪਾਰਟੀ ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਤੇ ਇਸ ਇੰਡਸਟਰੀ ਨੂੰ ਖਾਸ ਕਰਕੇ ਇਮਪੈਕਟ ਕੀਤਾ ਹੈ ਜੀ ਜੀ ਸੋ ਅਸ਼ਮਿੰਦਰ ਜੀ ਜੋ ਮੇਰਾ opinion ਹੈਗਾ ਮੈਂ ਆਪਣੇ opinion ਦੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਉਹ ਇਹ ਹੈਗਾ ਕਿ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਹੈ ਜੇ ਤੁਸੀਂ ਇਹਨਾਂ ਦੀ ਹਿਸਟਰੀ ਦੇਖੋ ਦੇ ਆਰ ਬੇਸਿਕਲੀ ਪ੍ਰੋ ਬਿਜ਼ਨਸ ਇਹ ਬਿਜ਼ਨਸ ਨੂੰ ਕਹਿ ਲੋ ਵੀ ਕਾਫੀ ਪ੍ਰਫਰੈਂਸ ਦਿੰਦੇ ਨੇ ਬਿਜ਼ਨਸ ਓਨਰਸ ਨੂੰ ਜਿਹੜੀ ਵੀ ਅਮਰੀਕਨ ਅਮਰੀਕਾ ਦੀ ਜਿਹੜੀ ਕਮਿਊਨਿਟੀ ਹੈਗੀ ਜਿਹੜੀ ਬਿਜ਼ਨਸ ਵਿੱਚ ਹੈਗੀ ਆ ਉਹਦਾ ਇਹ ਬਹੁਤ ਸਹਿਯੋਗ ਦਿੰਦ ਨੇ ਮੇਡ ਵੀ ਟੈਕਸਸ ਟੈਕਸ ਡਕਸ਼ਨਸ ਕਹਿ ਲੋ ਜਾਂ ਇਹੋ ਜਿਹੜੇ ਵੀ ਮਾਮਲੇ ਆ ਗਏ ਉਹਦੇ ਵਿੱਚ ਇਹ ਬਹੁਤ ਜਿਹੜਾ ਹੱਥ ਜੋੜ ਕੇ ਕਹਿ ਲੋ ਵੀ ਅੱਗੇ ਜਾ ਕੇ ਪਹੁੰਚਦੇ ਨੇ ਵੀ ਅਸੀਂ ਤੁਹਾਡੀ ਹੱਲ ਕਰਾਂਗੇ ਅਸੀਂ ਤੁਹਾਡੇ ਜੋ ਕਰਨਾ ਚਾਹੁੰਦੇ ਨੇ ਬਿਜ਼ਨਸ ਕਮਿਟੀ ਆਸ ਤੇ ਬਹੁਤ ਅੱਛਾ ਇੱਕ ਕਰ ਦਿੰਦੇ ਨੇ ਸੋ ਐਸ ਫਾਰ ਐਸ ਤੁਸੀਂ ਪਾਰਟੀ ਕੈਲੋ ਜਾਂ ਜਿਹੜੇ ਪਾਰਟੀ ਦੇ ਪ੍ਰੈਜ਼ੀਡੈਂਟ ਹੈਗੇ ਜਿਹੜੇ ਮਿਸਟਰ ਪ੍ਰੈਜ਼ੀਡੈਂਟ 트ੰਪ ਹੈਗੇ ਨੇ ਐਸ ਵੇਲੇ ਸੋ ਉਹਦਾ ਜਿਹੜਾ ਜਿਹੜਾ ਬੈਨੀਫਿਟ ਜਾਂਦਾ ਉਹ ਆਫ ਕੋਰਸ ਜਿਹੜਾ ਵੀ ਕਰੰਟ ਜਿਵੇਂ ਉਹਨੇ ਐਸ ਪਾਰਟੀ ਦੇ ਕਰੰਟ ਸਿਟਿੰਗ ਪ੍ਰੈਜ਼ੀਡੈਂਟ ਮਿਸਟਰ 트ੰਪ ਹੈਗੇ ਨੇ ਉਹਨਾਂ ਨੂੰ ਜਾਂਦਾ ਹੈਗਾ ਐਸ ਵੇਲੇ ਸੋ ਮੇਰੇ ਵੱਲੋਂ ਜੇ ਤੁਸੀਂ ਪਰਸਨਲੀ ਪੁੱਛੋ ਮੈਂ ਆ ਆ ਬੀ ਇੰਗ ਇਨ ਦ ਬਿਜ਼ਨਸ ਪਾਰਟੀ ਦੇ ਮੈਂ ਪੂਰੇ ਫੇਵਰ ਚ ਹੁੰਨਾ ਜੀ ਔਰ ਮੇਰੀ ਇਹੋ ਕੋਸ਼ਿਸ਼ ਹੁੰਦੀ ਹੈ ਕਿ bizness survive ਕਰਨ ਤੇ bizness survive ਕਰਦਿੰਦੇ ਜਿਹੜੀਆਂ ਬਾਕੀ ਫੈਮਿਲੀਜ਼ ਨੇ ਉਹ ਵੀ ਅੱਛਾ ਸਰਵਾਈਵ ਕਰਦੀਆਂ ਉਹਨਾਂ ਦੀ ਜੌਬ ਸਿਕਿਉਰ ਰਹਿੰਦੀਆਂ ਨੇ ਔਰ ਅਮਰੀਕਾ ਦੀ ਜਾਂ ਕੋਲ ਵੀ ਸਾਡੇ ਜਿਹੜੇ ਦੇਸ਼ ਦੀ ਇਕਨੋਮੀ ਹੈ ਉਹ ਸਹੀ ਰਾ ਜਿਹੜੀ ਹੈਗੀ ਹੈ ਉਹ ਚੱਲਦੀ ਰਹਿੰਦੀ ਹੈ ਜੀ ਜੀ ਚਿਮਾ ਜੀ ਅਮ ਇੱਕ ਵਾਰੀ ਫਿਰ ਅਮ ਇਸ ਚੀਜ਼ ਨੂੰ ਥੋੜੇ ਆਪਾਂ ਕਹਿ ਸਕਦੇ ਹਾਂ ਸਾਦੇ ਸਾਦੇ ਸ਼ਬਦਾਂ ਵਿੱਚ ਤੁਸੀਂ ਸਾਨੂੰ ਦੱਸਿਆ ਕਿ ਬਿਜ਼ਨਸ ਨੂੰ ਕਿਸ ਤਰ੍ਹਾਂ ਇਸ ਪਾਰਟੀ ਨੇ ਇੰਪੈਕਟ ਕੀਤਾ ਅਮ ਅਗਰ ਮੈਂ ਦੂਜੀ ਤਰਫ ਦੀ ਹੁਣ ਗੱਲ ਕਰਾਂ ਯੂ نو ਲੈਟਸ ਅਸੂਮ ਕਿ ਅਗਰ ਜੋ ਬਾਈਡਨ ਇਸ ਇਲੈਕਸ਼ਨ ਨੂੰ ਜਿੱਤਦਾ ਹੈ ਤੇ ਉਹਨਾਂ ਦੀ ਪਾਰਟੀ ਜਾਂ ਡੈਮੋਕ੍ਰੈਟਿਕ ਪਾਰਟੀ ਕੰਟਰੋਲ ਜ ਆ ਜਾਂਦੀ ਹੈ ਆਫ ਕੋਰਸ देयर इज अ ਲੋਟ ਆਫ ਅਦਰ ਆਮ ਸੀਟਸ ਅਪ ਫਾਰ ਇਲੈਕਸ਼ਨ ਡਾਊਨ ਬੈਲਟ ਵਕ ਵਕ ਕਾਂਗਰਸ ਲੈਵਲ ਸੈਨੇਟ ਲੈਵਲ ਐਂਡ ਲੋਕਲ ਇਲੈਕਸ਼ਨਸ ਵੀ ਹੋ ਰਹੇ ਹੈ ਆਮ ਇਸ ਇਸ ਨਵੰਬਰ 3 ਨੂੰ ਸੋ ਅਗਰ ਦੂਜੀ ਸਾਈਡ ਪਾਵਰ ਚਾਹੁੰਦੀ ਹੈ ਤੁਹਾਨੂੰ ਕਿਸ ਚੀਜ਼ ਦਾ ਸਭ ਤੋਂ ਵੱਡਾ ਕਨਸਰਨ ਹੈ ਖਾਸ ਕਰਕੇ ਜਿੱਥੇ ਡੈਮੋਕ੍ਰੈਟਸ ਤੇ ਜੋ ਬਾਈਡਨ ਦੀ ਜੋ ਉਹਨਾਂ ਨੇ ਇਸ ਵੇਲੇ ਤੱਕ ਪਾਲਿਸੀ ਇਸ ਆਪਣੀ ਅਨਾਉਂਸ ਕੀਤੀਆਂ ਤੁਹਾਨੂੰ ਕੀ ਲੱਗਦਾ ਕਿ ਇਸ ਇੰਡਸਟਰੀ ਨੂੰ ਰੀਅਲ ਏਸਟੇਟ ਨੂੰ ਲੈਂਡਿੰਗ ਨੂੰ ਇਹਨਾਂ ਨੂੰ ਕਿਸ ਤਰ੍ਹਾਂ ਦਾ ਇੰਪੈਕਟ ਹੋਏਗਾ ਜੋ ਬਾਈਡਨ ਦੇ ਅੰਡਰ ਜੀ ਸੋ ਅਸ਼ਮੀਰਾ ਜੀ ਦੇਖੋ ਜੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜੇ ਐਕਸਾਈਜ਼ ਪ੍ਰੈਜ਼ੀਡੈਂਟ ਜੋ ਬਾਈਡਨ ਸਪੋਸ਼ ਕਰੋ ਉਹ ਪਾਰਟੀ ਨੂੰ ਜਿੱਤ ਉਹ ਪਾਰਟੀ ਜਿੱਤ ਜਾਂਦੀ ਹੈ ਤੇ ਉਹ ਨੈਕਸਟ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡਾ ਜਿਹੜਾ ਇੰਪੈਕਟ ਜਿਹੜਾ ਪਾਊਗਾ ਉਹ ਪਾਊਗਾ ਇੰਟਰਸਟ ਰੇਟ ਦੇ ਉੱਪਰ ਇਹਦੇ ਕਾਰਨ ਜਿਹੜੇ ਮਾਰਗੇਜ ਰੇਟਸ ਸਾਨੂੰ ਹੁਣ ਜਿਹੜੇ ਕਹ ਲੋ ਵੀ ਸਹੀ ਨਜ਼ਰ ਆ ਰਹੇ ਨੇ ਅੱਛੇ ਲੱਗ ਰਹੇ ਨੇ ਉਹ ਜੇ ਇਹ ਪਾਰਟੀ ਆਉਂਦੀ ਹੈ ਤੇ ਚਾਂਸਸ ਹੈਗੇ ਨੇ ਵੀ ਜਿਹੜੇ ਇੰਟਰਸਟ ਰੇਟਸ ਹੈਗੇ ਨੇ ਉਹ ਵਧ ਸਕਦੇ ਨੇ ਤੇ ਜੇ ਇੰਟਰਸਟ ਰੇਟ ਵਧਣਗੇ ਤੇ ਫਿਰ ਜਿਹੜੀ ਕਹ ਲੋ ਵੀ ਹਾਊਸਿੰਗ ਮਾਰਕੀਟ ਹੈ ਉਹ ਥੋੜੀ ਜੀ ਸਲੋ ਹੋ ਜੂਗੀ ਤੇ ਉਹਦੇ ਵਿੱਚ ਫਿਰ ਜਿਹੜਾ ਚਲੋ ਵੀ ਸਲੰਪ ਵੀ ਆ ਸਕਦਾ ਹੈ ਤੇ ਉਹਦੇ ਕਾਰਨ ਜਨਰਲੀ ਜਿਹੜੀ ਇਕਨੋਮੀ ਹੈਗੀ ਹੈ ਇਟ ਊਲ ਇਟ ਇਟ ਮੇ ਸਫਰ ਇਟ ਮੇ ਸਲੋ ਡਾਊਨ ਸੋ ਇਹਦੇ ਕਾਰਨ ਲੱਗਦਾ ਵੀ ਜੇ ਇਹਨਾਂ ਦੀ ਪ੍ਰੈਜ਼ੀਡੈਂਸੀ ਆਊਗੀ ਡੈਮੋਕ੍ਰੈਟਿਕ ਪਾਰਟੀ ਦੀ ਤੇ ਇਟ ਮੇ ਨਾਟ ਬੀ ਪ੍ਰੋ ਬਿਜ਼ਨਸ ਸੋ ਉਹ ਦਾ ਕਹ ਲੋ ਵੀ ਜਦ ਸਾਨੂੰ ਖਤਰਾ ਜਿਹੜਾ ਹੁੰਦਾ ਵੀ ਜਿੰਨੂੰ ਸਾਨੂੰ ਲੱਗਦਾ ਵੀ ਇਹਦੇ ਨਾਲ ਇਕਨੋਮੀ ਜਿਹੜੀ ਹੈਗੀ ਹੈ ਉਹ ਸ਼ਾਇਦ Uh, uh, may not go in the right direction. Gee, gee. Chimaji, you know, Savalta, <laughs> Thordili, Bohojada, Han, at least, but Medashkan does not <laughs> only Agaruna the Col they can watch you weekly on our program on Just Punjabi. But, you know, ਅਗਰ ਆਪਾਂ ਜੋ ਬਾਈਡਨ ਜਾਂ ਡੈਮੋਕ੍ਰੇਟਸ ਦੀ ਗੱਲ ਕਰਦੇ ਆਂ ਆਮ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਇਵਨ ਜੋ ਵੱਡੇ ਵੱਡੇ ਬੈਂਕਸ ਹਨ ਵਾਲ ਸਟਰੀਟ ਤੇ ਉਹਨਾਂ ਨੇ ਆਪਣੀ ਸਪੋਰਟ ਮਤਲਬ ਬੈਕ ਐਂਡ ਫੋਰਥ ਥੋੜੀ ਬਹੁਤ ਬਾਈਡਨ ਦੇ ਪਿੱਛੇ ਪਾਈ ਹੈ ਜਸਟ ਫॉर ਦ ਸੇਕ ਆਫ ਸਟੈਬਿਲਿਟੀ ਥੈਟ ਓਕੇ ਆਮ ਇਵਨ ਥੋ ਰਿਪਬਲਿਕਨਸ ਐਂਡ ਪ੍ਰੈਜ਼ੀਡੈਂਟ ਟਰੰਪ ਬਿਜ਼ਨਸ ਨੂੰ ਜ਼ਿਆਦਾ ਫੇਵਰ ਕਰਦੇ ਹੈ ਪ੍ਰੈਜ਼ੀਡੈਂਟ ਟਰੰਪ ਦੀ ਆਪਾਂ ਕਹਿ ਸਕਦੇ ਅਨਐਕਸਪੈਕਟਿਡ ਆਮ ਜਾਂ ਇਰੈਟਿਕ ਬਿਹੇਵੀਅਰ ਦੇ ਨਾਲ ਕਿਸ ਤਰ੍ਹਾਂ ਮਾਰਕੀਟ ਉੱਪਰ ਥੱਲੇ ਉੱਪਰ ਥੱਲੇ ਜਾਂਦੀ ਹੈ ਇਸ ਤਰ ਵੋਲੈਟਿਲਿਟੀ ਉਹ बार-बार ਕੌਜ਼ ਕਰਦੇ ਇਸ ਚੀਜ਼ ਦਾ ਬਿਜ਼ਨਸ ਤੇ ਇੰਪੈਕਟ ਵਰਸਸ ਸਮਨ ਸਟੇਬਲ ਲਾਈਕ ਜੋ ਬਾਈਡਨ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਕਮੈਂਟ ਅਗਰ ਕਰ ਸਕਦੇ ਹੋ ਜੀ ਜੀ ਸੋ ਦੇਖੋ ਜੀ extra ਹੈਗਾ ਕਿ ਜੇ ਤੁਸੀਂ ਕਰੰਟ ਐਟਮੋਸਫੇਅਰ ਨੂੰ ਦੇਖੋ ਤੇ ਜਿਹੜੇ ਮਿਸਟਰ 트ੰਪ ਮਿਸਟਰ ਪ੍ਰੈਜ਼ੀਡੈਂਟ ਹੈਗੇ ਨੇ ਤੇ ਜੋ ਬਾਈਡਨ ਦੇ ਵਿੱਚ ਜਿਹੜਾ ਮੇਨ ਫਰਕ ਹੈਗਾ ਕਿ ਜਿਹੜੇ ਪ੍ਰੈਜ਼ੀਡੈਂਟ 트ੰਪ ਹੈਗੇ ਨੇ ਉਹ ਬੇਸਿਕਲੀ ਹੀ ਇਜ਼ ਅ ਬਿਜ਼ਨਸ ਓਨਰ ਠੀਕ ਹੈ ਉਹਨਾਂ ਦੀਆਂ ਪਾਲਿਸੀਜ਼ ਕੰਮ ਕਰਨ ਦਾ ਤਰੀਕਾ ਜਾਂ ਕਹਿ ਲਓ ਵੀ ਪਬਲਿਕ ਦੇ ਵਿੱਚ ਕੀ ਕਹਿਣਾ ਚਾਹੀਦਾ ਕੀ ਨਹੀਂ ਹੀ ਇਸ ਵੈਰੀ ਵੋਕਲ ਨਾ ਕਿ ਜੋ ਮੰਚ ਆਇਆ ਕਹਿਤਾ ਟਵਿੱਟਰ ਤੇ ਜਾ ਕੇ ਕੋਈ ਟਵਿੱਟਰ ਤੇ ਮੈਸੇਜ ਭਾਟ ਜੋ ਉਹਨਾਂ ਦੇ ਮੰਚਾਂ ਦਾ ਆਈ ਡੈਫੀਨਟਲੀ ਅਗਰੀ ਵੀ ਇਹ ਜਿਹੜੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਨਹੀਂ ਕਹੀਆਂ ਜਾਂਦੀਆਂ ਕਈ ਇਹੋ ਜਿਹੇ ਸ਼ਬਦ ਵੀ ਕਹਿ ਰਹੇ ਉਹਨੇ ਵੀ ਜਿਹੜੇ ਵੀ ਕਹਿ ਲਓ ਵੀ ਜਿਹਨਾਂ ਦਾ ਸੈਂਟੀਮੈਂਟ ਜਿਹੜੇ ਲੋਕਾਂ ਦੇ ਬਦਲ ਜਾਂਦੇ ਨੇ ਜਾਂ ਪਬਲਿਕ ਜਿਹੜੀ ਹੈਗੀ ਹੈ ਨਹੀਂ ਲਾਈਕ ਕਰਦੀ ਬਟ ਉਹਨਾਂ ਦਾ ਜਿਹੜਾ ਐਕਚੁਅਲੀ ਜਿਹੜਾ ਕਹਿ ਲੋ ਵੀ ਉਹਨਾਂ ਦਾ ਸੋਚਣ ਦਾ ਨਜ਼ਰੀਆ ਉਹ ਐਜ਼ ਅ ਬਿਜ਼ਨਸ ਉਹਨਾਂ ਦਾ ਹੈਗਾ ਸੱਚ ਤਗਾ ਜੋ ਬੋਲਤਾ ਬੋਲਤਾ ਉਹੋ ਜਿਹਾ ਹੈਗਾ ਔਨ ਦੀ ਅਦਰ ਹੈਂਡ ਜਿਹੜੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਜਿਹੜੇ ਵਾਲ ਸਟਰੀਟ ਦੀ ਗੱਲ ਕਰ ਲਈਏ ਵੀ ਜਿਹੜੇ ਵੱਡੇ ਵੱਡੇ ਬੈਂਕਰਸ ਹੈਗੇ ਆ ਦੇ ਆਰ ਨਾਟ ਸਪੋਰਟਿੰਗ ਦੀ ਦੀ ਕਰੰਟ ਪ੍ਰੈਜ਼ੀਡੈਂਟ ਐਜ਼ ਮੱਚ ਉਹਨਾਂ ਦੀ ਜਿਹੜੀ ਆਪਣੀਆਂ ਰੀਜ਼ਨਿੰਗ ਹੈ ਕਿ ਹੈਗੇ ਆ ਵੀ ਜਿਹੜੇ ਬੈਂਕ ਵਾਲੇ ਹੈਗੇ ਆ ਉਹ ਚੰਦ ਨੇ ਵਿੱਚੋਂ ਥੋੜਾ ਬੋੜਾ ਪੈਸਾ ਕਮਾਉਣਾ ਕਿਉਂਕਿ ਉਹਨਾਂ ਦਾ ਕੰਮ ਹੈਗਾ ਵਾਸ਼ਸ਼ੀਟ ਹੈਲਥੀ ਰਵੇ ਉਹਨਾਂ ਦਾ ਪੈਸਾ ਬੰਨਦਾ ਰਹੇ ਔਰ ਰੇਟਸ ਇੰਨੇ ਕੱਟ ਹੋਣ ਦੇ ਕਾਰਨ ਹੋ ਜੋ ਫੈਡਰਲ ਰਿਜ਼ਰਵ ਨੂੰ ਜਿਵੇਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਇਦਾਂ ਕਰਨਾ ਤੇ ਸਾਡੇ ਰਿਜ਼ਰਵ ਜਿਹੜੇ ਹੈਗੇ ਨੇ ਈਵਨ ਦੋ ਜਿਹੜੇ ਇੰਡੀਪੈਂਡੈਂਟ ਦੇ ਸਟਿਲ ਲੁੱਕ ਐਟ ਦੀ ਕਰੰਟ ਗਵਰਨਮੈਂਟ ਪੋਲਿਸੀਜ਼ ਐਂਡ ਦੇ ਹੈਵ ਟੂ ਅਡਹੀਅਰ ਟੂ ਦੋਜ਼ ਪੋਲਿਸੀਜ਼ ਸੋ ਜਿਹੜੇ 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 ਮੈਂਬਰਸ ਹੈ ਜਿਹਨੇ ਵਾਸ਼ਸ਼ੀਟ ਦੇ ਉਹ ਉਹ ਇਸੇ ਕਾਰਨ ਮੇਰੇ ਹਿਸਾਬ ਨਾਲ डेमोक्रेटिक पार्टी ਨੂੰ ਜਿਆਦਾ ਕੈਲੋ ਵੀ ਸਪான்ਸਰ ਕਰ ਰਹੇ ਨੇ ਜਾਂ ਉਹਨਾਂ ਦੇ ਜਿਆਦਾ ਹੱਕ ਚਾਹ ਰਹੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜੇ ਰੇਟ ਹੈ ਆਹ ਦੇ ਟਾਈਮ 'ਚ ਵਧਣ ਤਾਂ ਕਿ ਉਹ ਥੋੜਾ ਹੋਰ ਜਿਹੜਾ ਪੈਸਾ ਉਹ ਜੋੜ ਸਕਣ ਸੋ ਮੈਨੂੰ ਇਹੋ ਜਾਪਦਾ ਵੀ ਉਹਨਾਂ ਦੀ ਜਿਹੜੀ ਰੀਜ਼ਨਿੰਗ ਹੈਗੀ ਹੈ ਉਹ ਐਂਟੀ 트럼ਪ ਕਿਉਂ ਹੈਗੇ ਨੇ ਉਹ ਬੀਸਿਕਲੀ ਇਹ ਹੈਗੀ ਹੈ ਕਿ ਦੇ ਵਾਂਟ ਦ ਮਾਰਕੀਟ ਇੰਟਰਸਟ ਰੇਟਸ ਟੂ ਗੋ ਅਪ ਸੋ ਦੇ ਕੈਨ ਅਰਨ More money. Very interesting. Um, uh, v very good to know. A very important information. to sare dashkanal share kiti. Thank you for that. Chima uh, ji, I have to ask. Election sirf tera din do re And um, if you are comfortable sharing with our viewers, agar tusi vote pare ho, toh vote kinnu milogi is election the Chima ji, I actually uh, I try not to get into politics too politics too much. But now, I'm, I'm a long-term Republican, so I support my party. Uh, uh, in general, a Republican, so a party. Uh, but I Republican Party. But I must say one thing. We are one being uh, uh, as, as a country. I hope the results are good. I hope we accept the results, whatever mm -hmm. they are. Mm -hmm. uh, parties, they don't matter. We are first humans. Then you can call us Indian or Americans, or that second. So you know all these things. The uh, current mallaga, it is very very kalobi. Can say, it is very very So, parties party, are But to answer your question, yeah, I'm, I'm a long-term Republican. Thank you so much, Mr. Mohan Singh Chima, a CEO Xander Mortgage, joining us this evening. Thank you so much for your time, Chima ji. Have a good rest of your evening, Sushikal. Thank you, Ashmita ji. Paisab dashkano, to ano pyar ji. Thank you, ji. And my baki viewers don't miss na election nulake important information. to ainal sanji Break those par. ਬ੍ਰੇਕ ਤੋਂ ਬਾਅਦ ਸਾਨੂੰ ਦਾ ਸਵਾਗਤ ਹੈ ਇੱਕ ਬਾਰੀ ਫਿਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਇਟ ਡਸਨਟ ਮੈਟਰ that much ke tusi republican ya democrat ho the important thing is is election de vich toadi participation honi chahidi hai saadi community di participation honi chahidi hai um is cheez nu laake ek bari fir main tonu kuch important information uh, dasna chahundi ha agar tusi halle tak register nahi kita apne aap nu uh, zarur uh, tusi kisi di help laake ya in websites nu visit karke voting li registration apni pa sakde ho matlab big website uh, jo is tarah de kam le resource tade layi ban sakdi hai na ke sirf register ਲੇ ਪਰ ਤੁਸੀਂ ਕਿੱਥੇ ਆਪਣੇ ਪੋਲਸ ਤੇ ਜਾ ਕੇ ਆਪਣੀ ਇਨ ਪਰਸਨ ਬੈਲਟ ਹੈਂਡ ਇਨ ਕਰਨਾ ਜਾਂ ਵੋਟ ਕਾਸਟ ਕਰਨੀ ਹੈ ਕਿ ਕੋਵਿਡ ਨੂੰ ਲੈ ਕੇ ਪਾਬੰਦੀਆਂ ਪੋਲਿੰਗ ਪਲੇਸਸ ਲਿミਟਡ ਆਵਰਸ ਇਸ ਤਰ੍ਹਾਂ ਦੀਆਂ ਚੀਜ਼ਾਂ ਐਂਡ ਅਗਰ ਤੁਸੀਂ ਕਨਫਿਊਜ਼ ਹੋ ਕਿ ਤੁਹਾਡੀ ਰਜਿਸਟ੍ਰੇਸ਼ਨ ਹੋਈ ਵੀ ਹੈ ਬਟ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਤੁਸੀਂ wo.org ਤੇ ਜਾ ਕੇ ਇਹ ਸਾਰੀ ਜਾਣਕਾਰੀ ਪਾ ਸਕਦੇ ਹੋ ਏ ਵੈਰੀ ਇੰਪੋਰਟੈਂਟ ਖਾਸ ਕਰਕੇ ਕੋਵਿਡ ਨੂੰ ਲੈ ਕੇ ਬਿਕਾਜ਼ ਹਰ ਇੱਕ ਸਟੇਟ ਦੇ ਵਿੱਚ ਵੱਖਰੇ ਰੂਲਸ ਰੈਗੂਲੇਸ਼ਨਸ ਟਾਈਮਿੰਗਸ VOTING ਨੂੰ ਲੈ ਕੇ ਸਿੱਧੇ ਜਾਰੀ ਹਨ ਐਂਡ ਜਿੱਥੇ ਮੇਲ ਵੋਟਿੰਗ ਦੀ ਗੱਲ ਆਂਦੀ ਹੈ ਬਹੁਤ ਜ਼ਿਆਦਾ ਕੰਪਲਿਕੇਟਿਡ ਇਸ ਸਾਲ ਇਹ ਪ੍ਰੋਸੈਸ ਬਣ ਚੁੱਕਿਆ ਹੈ ਤੇ ਅਗਰ ਤੁਹਾਨੂੰ ਕਿਸੇ ਦੀ ਹੈਲਪ ਚਾਹੀਦੀ ਤੁਸੀਂ ਜ਼ਰੂਰ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ ਅਨਦਰ ਗੁੱਡ ਵੈਬਸਾਈਟ usvotefoundation.org ਇਹਦੇ ਤੇ ਵੀ ਤੁਸੀਂ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਇਹ ਵੇਖ ਸਕਦੇ ਤੁਸੀਂ ਕਿੱਥੇ ਵੋਟ ਪਾਣੀ ਤੁਹਾਨੂੰ ਕੋਈ ਵੀ ਕੁਐਸਚਨਸ ਇਸ ਚੀਜ਼ ਬਾਰੇ ਤੁਸੀਂ ਇਸ ਵੈਬਸਾਈਟ ਨੂੰ ਥੋੜਾ ਜਿਆ ਐਕਸਪਲੋਰ ਕਰਕੇ ਉਹ ਆਨਸਰਸ ਪਾ ਸਕਦੇ ਹੋ ਐਂਡ ਲਾਸਟ ਪਰ ਨਾਟ ਲੀਸ ਵੋਟ411.org ਇਹ ਤੁਹਾਨੂੰ ਇੱਕ पर्सनल ਤਰੀਕੇ ਨਾਲ ਹੈਲਪ ਕਰਦਾ ਹੈ ਪੂਰੇ ਪ੍ਰੋਸੈਸ ਦੇ ਵਿੱਚ ਫਰਮ ਰਜਿਸਟਰਿੰਗ ਟੂ ਸਬਮਿਟਿੰਗ ਯਰ ਬੈਲਟ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਇੱਕ ਇੱਕ ਚੀਜ਼ ਦੀ ਹੈਲਪ ਇਸ ਵੈਬਸਾਈਟ ਤੁਹਾਨੂੰ ਮਿਲ ਸਕਦੀ ਹੈ ਐਂਡ ਇੱਕ ਵਾਰੀ ਫਿਰ ਅਗਰ ਤੁਸੀਂ ਲੈਂਗੁਏਜ ਦੇ ਨਾਲ ਕੰਫਰਟੇਬਲ ਨਹੀਂ ਹੋ ਤੁਹਾਨੂੰ ਆਪਣੀ ਲੈਂਗੁਏਜ ਵਿੱਚ voting ਨੂੰ ਲੈ ਕੇ ਰਜਿਸਟ੍ਰੇਸ਼ਨ ਨੂੰ ਲੈ ਕੇ ਹੈਲਪ ਚਾਹੀਦੀ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਜ਼ਰੂਰ ਤੁਹਾਨੂੰ ਕਨੈਕਟ ਅਪਰੋਪ੍ਰੀਏਟ ਰਿਸੋਰਸਸ ਦੇ ਨਾਲ ਕਰਾਵਾਂਗੇ ਜਾਂ ਖੁਦ ਹੀ ਤੁਹਾਡੀ ਹੈਲਪ ਕਰਾਂਗੇ ਜਿੰਨੀ ਸਾਡੇ ਵੱਲੋਂ ਹੋ ਸਕਦੀ ਹੈ ਇੱਕ ਵਾਰੀ ਫਿਰ ਇਸ ਮੁੱਦੇ ਦੇ ਵਿੱਚ ਤੁਹਾਨੂੰ ਵਰਕ ਵਰਕ ਇੰਡਸਟਰੀ opinions it the say business taur te kis tarah businessmen entrepreneurs apni vote apni support kire piche pa rahe but twaada sawal ta ehi banda hai na as in american as an average citizen toanu future kis tarah da chahida and kon candidate ਉਹ ਫਿਊਚਰ ਤੁਹਾਨੂੰ ਸਭ ਤੋਂ ਬੈਸਟ ਪ੍ਰੋਮਿਸ ਕਰਦਾ ਐਂਡ ਇਟਸ ਨਾਟ ਜਸਟ ਅਬਾਊਟ ਪ੍ਰੋਮਿਸਸ ਆਪਾਂ ਜਿਸਾ ਕਹਿੰਦੇ ਨੇ ਸਿਰਫ ਉਹਨਾਂ ਦੀ ਗੱਲਾਂ ਤੇ ਨਾ ਜਾਓ ਉਹਨਾਂ ਦੇ ਐਕਸ਼ਨਸ ਨੂੰ ਵੇਖੋ ਤੇ ਅਗਰ ਆਪਾਂ ਐਕਸ਼ਨਸ ਨੂੰ ਵੇਖਦੇ ਆ ਕੌਣ ਕੈਂਡੀਡੇਟ ਦੇ ਐਕਸ਼ਨਸ ਤੁਹਾਨੂੰ ਉਹ ਫਿਊਚਰ ਗਾਰੰਟੀ ਕਰਦੇ ਜੋ ਤੁਸੀਂ ਵੇਖਣਾ ਚਾਹੁੰਦੇ ਹੋ ਆਪਣੇ ਲਈ ਆਪਣੀ ਨੈਕਸਟ ਜਨਰੇਸ਼ਨ ਲਈ ਇਸ ਮੁੱਦੇ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਜ਼ਰੂਰ ਸਾਨੂੰ ਵੀ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਮੈਨੂੰ ਦਿਓ ਇਜਾਜ਼ਤ ਸਸਿਕਾ